ਖੇਤੀਬਾੜੀ ਕਰਨਾ ਇੱਕ ਪੇਸ਼ੇ ਨਾਲੋਂ ਵੱਧ ਹੈ। ਇਹ ਇੱਕ ਜੀਵਨ ਸ਼ੈਲੀ ਹੈ ਜੋ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਵਿਰਸੇ ਵਿੱਚ ਦਿੱਤੀ ਜਾਂਦੀ ਹੈ। ਫਿਰ ਵੀ ਹਰ ਸਾਲ ਕਿਸਾਨ ਟਰੈਕਟਰਾਂ ਦੇ ਉਲਟਣ ਕਾਰਨ ਕੁਚਲੇ ਜਾਂਦੇ ਹਨ, ਨਕਾਰੇ ਹੋ ਜਾਂਦੇ ਹਨ ਅਤੇ ਕਈ ਤਾਂ ਮਰ ਵੀ ਜਾਂਦੇ ਹਨ। ਹਰ ਇੱਕ ਕਿਸਾਨ ਕਿਸੇ ਨਾ ਕਿਸੇ ਨੂੰ ਜਾਣਦਾ ਹੈ ਜਿਸ ਦਾ ਐਕਸੀਡੈਂਟ ਹੋਇਆ ਹੈ। ਇਹ ਕਿਉਂ ਹੁੰਦਾ ਹੈ? ਕਿਉਂਕਿ ਕੁਝ ਕਿਸਾਨ ਟਰੈਕਟਰ ਉਲਟਣ 'ਤੇ ਡਰਾਈਵਰ ਦੀ ਰੱਖਿਆ ਕਰਨ ਵਾਲੀ ਹਿਫਾਜ਼ਤੀ ਸਲਾਖ ਜਾਂ ਰੋਪਸ ਨੂੰ ਜ਼ਰੂਰੀ ਨਹੀਂ ਸਮਝਦੇ। ਉਹ ਹਿਫਾਜ਼ਤੀ ਸਲਾਖ ਨੂੰ ਪੁਰਾਣੇ ਟਰੈਕਟਰਾਂ 'ਤੇ ਨਹੀਂ ਲਗਾਉਂਦੇ ਜਾਂ ਉਸਨੂੰ ਨਵਿਆਂ ਤੋਂ ਵੀ ਉਤਾਰ ਦਿੰਦੇ ਹਨ। ਟਰੈਕਟਰ ਨੂੰ ਉਲਟਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਦਾ। ਸੀਟ ਬੈਲਟ ਦੇ ਨਾਲ ਹਿਫਾਜ਼ਤੀ ਸਲਾਖ ਰੋਪਸ ਤੁਹਾਡੀ ਜਾਨ ਬਚਾਉਂਦੇ ਹਨ। ਹਿਫਾਜ਼ਤੀ ਸਲਾਖ ਅਤੇ ਸੀਟ ਬੈਲਟ ਨੂੰ ਹਮੇਸ਼ਾ ਵਰਤੋ। ਇਹ ਪੱਕਾ ਕਰੋ ਕਿ ਫਾਰਮ ਸੰਭਾਲਣ ਲਈ ਕੋਈ ਹੋਰ ਹੈ।